किसान मजदूर संघर्ष कमेटी पंजाब दे जोन जीरा ते बाबा गादा सिंह जोन दे प्रधान बलराज सिंह फेरोके ते प्रधान अमनदीप सिंह कच्चरपन दी अगवाई विच पावरकॉम सब डिवीजन विभाग जीरा अगे धरना दिता गया। इस मौके की कहा अमनदीप सिंह प्रधान ने, आओ सुनदे आ जीरा तो अज दी आवाज लई शुभम खुराना दी रिपोर्ट। ए पहला जिहड़ा पुतला फूकिया आ ਇਹ ਜੋ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਆ ਖੱਟੜ ਸਰਕਾਰ ਨੇ, ਜਿਹੜਾ ਤਸ਼ੱਦਦ ਕੀਤਾ ਆ, ਇਹ ਉਹਦੇ ਵਿਰੋਧ ਦੇ ਵਿੱਚ ਹਰਿਆਣਾ ਦੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਆ ਇਹ ਖੱਟੜ ਸਰਕਾਰ ਦਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਆ। ਉੱਥੇ ਅਸੀਂ ਮੰਗ ਕੀਤੀ ਆ ਬਈ ਜਿਹੜੇ ਕਿਸਾਨ ਉੱਥੇ ਲਾਠੀਚਾਰਜ ਕਰਕੇ ਜਿਹੜੇ ਜਿਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਆ ਉਹਨਾਂ ਦਾ ਸਰਕਾਰ ਜਿਹੜਾ ਆ ਉਹਨਾਂ ਦਾ ਫ੍ਰੀ ਇਲਾਜ ਕਰਾਵੇ, ਜਿਹੜੇ ਸ਼ਹੀਦ ਹੋਏ ਕਿਸਾਨ ਆ ਉਹਨਾਂ ਦੇ ਪਰਿਵਾਰ ਨੂੰ 10 ਲੱਖ ਰੁਪਈਆ ਦੇ ਕੇ ਅਤੇ ਨਾਲ ਸਰਕਾਰੀ ਨੌਕਰੀ ਅਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਆ ਉਹਨਾਂ ਦੇ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਸਰਕਾਰ ਨੂੰ ਜਿਹੜੀ ਆ ਉਹਨਾਂ ਦੀਆਂ ਫਸਲਾਂ MSP ਰੇਟ 'ਤੇ ਚੱਕਣੀਆਂ ਚਾਹੀਦੀਆਂ ਆ। ਅਤੇ ਨਾਲ ਜਿਹੜਾ ਅਸੀਂ ਇੱਥੇ ਅੱਜ SDO ਪਾਵਰਕਾਮ ਜਿਹੜਾ ਬਿਜਲੀ ਵਿਭਾਗ ਦੇ ਦਫ਼ਤਰ ਮੂਹਰੇ ਅੱਗੇ ਹੁਣ ਧਰਨਾ ਲਾਇਆ ਆ, ਇਹ ਇਸ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਹੁਣ ਜਾਂ ਸ਼ਹਿਰਾਂ ਦੇ ਵਿੱਚ ਘਰੇਲੂ ਖਪਤਕਾਰਾਂ ਦੇ ਬੂਹਿਆਂ ਦੇ ਅੱਗੇ ਪ੍ਰੀਪੇਡ ਮੀਟਰ ਲਾਉਣ ਦੀ ਤਜਵੀਜ਼ ਜਿਹੜੀ ਆ, ਪ੍ਰੀਪੇਡ ਮੀਟਰ ਧੱਕੇ ਨਾਲ ਲਾਏ ਜਾ ਰਹੇ ਜਿਹੜੇ, ਉਹਨਾਂ ਦੇ ਵਿਰੋਧ ਦੇ ਵਿੱਚ ਇੱਥੇ ਬੈਠੇ ਹਾਂ। ਕਿਉਂਕਿ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਬਿਜਲੀ ਨੂੰ ਪਾਵਰਕੌਮ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਕਰ ਚੁੱਕੇ ਆ। ਇਹਦੇ ਵਿਰੋਧ ਦੇ ਵਿੱਚ ਨਾਲ ਜਿਹੜੀ 10 ਤਰੀਕ ਤੋਂ ਸਾਡੀ ਮੰਗ ਆ ਵੀ ਕਿਸਾਨਾਂ ਨੂੰ 16 ਘੰਟੇ ਬਿਜਲੀ ਜਿਹੜੀ ਆ ਉਹ ਨਿਰਵਿਘਨ ਦਿੱਤੀ ਜਾਵੇ ਤਾਂ ਜੋ ਝੋਨੇ ਦਾ ਜਿਹੜਾ ਆ ਸੀਜ਼ਨ ਵਧੀਆ ਤਰੀਕੇ ਨਾਲ ਲੱਗ ਜੇ, ਅਤੇ ਹੋਰ VDS ਸਕੀਮ ਆ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਉਹਦੇ ਵਿੱਚ ਕੀ ਆ ਵੀ ਕਨੈਕਸ਼ਨ ਜਿਹੜੇ ਕਿਸਾਨਾਂ ਨੇ ਵੱਡੇ ਕਰਾਉਣੇ ਆ ਉਹਨਾਂ ਨੂੰ ਥੋੜ੍ਹੀ ਫੀਸ ਦੇ ਵਿੱਚ ਇਹ ਕਰ ਲੈਣ। ਨਾਲ ਜਿਨ੍ਹਾਂ ਕਿਸਾਨਾਂ ਦੀਆਂ ਕਿਸੇ ਦੀ ਕੋਈ ਤਾਰ ਢਿੱਲੀ ਆ ਜਾਂ ਟਰਾਂਸਫਾਰਮਰ ਕਈਆਂ ਕਿਸਾਨਾਂ ਦੇ ਉੱਥੇ ਲੱਗਣ ਵਾਲੇ ਆ, ਉਹ ਅਸੀਂ ਇੱਥੋਂ ਮੰਗ ਕਰਦੇ ਹਾਂ ਵੀ ਉਹਨਾਂ ਕਿਸਾਨਾਂ ਦੇ ਤਾਰਾਂ ਜਿਨ੍ਹਾਂ ਦੀਆਂ ਢਿੱਲੀਆਂ ਆ ਜਾਂ ਤਾਰਾਂ ਨਵੀਆਂ ਪਾਉਣ ਵਾਲੀਆਂ ਜਾਂ ਟਰਾਂਸਫਾਰਮਰ ਲੱਗਣ ਵਾਲੇ ਉਹਨਾਂ 'ਤੇ ਸਰਕਾਰ ਜਿਹੜੀ ਆ ਗੌਰ ਕਰੇ।